Marco Valdi burada partide. Zaten o de orada şu an bıraktıya ne yok mu tırtır diye bir abla prana sonunda yeter ki nerede ya da ben deputy commissioner si o da oluyor da bazı bir sırtlar var bazı bir abla prana böyle bulapre o de cevap diye ağaç manuş yaptı mı diye ne ona de spoke de samete çapır da bırak bırak bir daş kadar ki ona da aple çarda cidden hastır o de işte tıra sengat iş tam da diyor ki aple cidden sorduk kaptır vay bu cidden kalça şey vay bu cidden iş tapas tam te ağaç ਸਾਡੇ ਸੰਤ ਮਨਜੀਤ ਸਿੰਘ ਜੀ ਥੋੜੇ ਦਿਨ ਪਹਿਲਾਂ ਸਵਰਗਵਾਸ ਹੋ ਗਏ ਸਨ ਔਰ ਉਹਨਾਂ ਦਾ ਅੱਜ ਦੁਸ਼ਹਿਰੇ ਦਾ ਦਿਨ ਜਿਹੜਾ ਹੈ ਇੱਥੇ ਆ ਕੇ ਅਸੀਂ ਨਤਮਸਤਕ ਹੋਏ ਹਾਂ ਪਰਮ ਪਿਤਾ ਪਰਮਾਤਮਾ ਗੁਰੂ ਮਹਾਰਾਜ ਦੀਆਂ ਹਾਜ਼ਰੀਆਂ ਭਰੀਆਂ ਨੇ ਅਤੇ ਪਰਮ ਪਿਤਾ ਪਰਮਾਤਮਾ ਨੂੰ ਸ਼ਾਂਤੀ ਦੇਵੇ ਔਰ ਸਾਰਿਆਂ ਨੂੰ ਸਾਨੂੰ ਪਾਲਣ ਮਿਲਣ ਦਾ ਬਲ ਬਖਸ਼ੇ ਕਿਉਂਕਿ ਇੱਕ ਬਹੁਤ ਮਹਾਨ ਅਧਿਆਤਮਕ ਸ਼ਖਸੀਅਤ ਸੀ ਸੰਤ ਮਨਜੀਤ ਸਿੰਘ ਜੀ ਲਹਿਰੀ ਤੋਂ ਸਨ ਔਰ ਮੇਰੇ ਨਾਲੇ ਗੁਆਂਢੀ ਪਿੰਡ ਦੇ ਸਾਹ ਮਾਲਪੁਰ ਤੋਂ ਆਇਆ ਅਤੇ ਮੈਂ ਵਾਹਿਗੁਰੂ ਜੀ ਤੋਂ ਇਹ ਆਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਯੋਗ ਜਿਹੜਾ ਬਣਦਾ ਸਥਾਨ ਜਿਹੜਾ ਅਧਿਆਤਮਿਕ ਸਥਾਨ ਹੈ ਉਹਨਾਂ ਨੇ ਗ੍ਰਹਿਣ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਪਵਿੱਤਰ ਸਥਾਨ ਸੰਤ ਬਾਬਾ ਜਵਾਲਾ ਜੀ ਦੇ ਜੋ ਮੁੱਖ ਸੇਵਾਦਾਰ ਸੰਤ ਬਾਬਾ ਮਨਜੀਤ ਸਿੰਘ ਜੀ ਕੁਝ ਦਿਨ ਪਹਿਲਾਂ ਬ੍ਰਹਮਲੀਨ ਹੋ ਗਏ ਸੀ ਉਹਨਾਂ ਦੇ ਸੰਬੰਧ ਅੰਤਮ ਅਰਦਾਸ ਲਈ ਅੱਜ ਸਮੁੱਚੇ ਇਲਾਕੇ ਦੀਆਂ ਸੰਗਤਾਂ ਮਹਾਂਪੁਰਸ਼ ਸਾਧੂ ਸੰਪਰਦਾਵਾਂ ਵੱਡੇ ਰੂਪ ਦੇ ਵਿੱਚ ਇੱਥੇ ਸ਼ਾਮਿਲ ਹੋਈਆਂ ਔਰ ਜਿਨ੍ਹਾਂ ਨੇ ਜਿੱਥੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਵਾਹਿਗੁਰੂ ਉਸ ਵਿਸ਼ਰੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਸੰਤ ਮਹਾਂਪੁਰਸ਼ ਜੋ ਲਗਨ ਦੇ ਨਾਲ ਪਰਮਾਤਮਾ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਜੋੜਿਆ ਉਹਨਾਂ ਦੀ ਜੋ ਪਿੱਛੋਂ ਇਸ ਸਥਾਨ ਦੀ ਸੇਵਾ ਆ ਉਹ ਉਹਨਾਂ ਦੇ ਭਰਾ ਅਮਰਜੀਤ ਸਿੰਘ ਨੂੰ ਸੌਂਪੀ ਗਈ ਆ ਅਤੇ ਸਮੁੱਚੀ ਸੰਗਤ ਵੱਲੋਂ ਉਹਨਾਂ ਨੂੰ ਦਸਤਾਰ ਬੰਦੀ ਕੀਤੀ ਗਈ ਹੈ ਇਸ ਮੌਕੇ 'ਤੇ